ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਭੀੜ ਜਲੰਧਰ ਦੇ ਸਰਕਟ ਹਾਊਸ ਦੇ ਵਿੱਚ ਜੁਟੀ ਹੈ ਕਿਉਂਕਿ ਜਲੰਧਰ ਦੇ ਵਿੱਚ ਤੇਜਿੰਦਰ ਬਿੱਟੂ ਦਾ ਸਵਾਗਤ ਹੋ ਰਿਹਾ ਸੀ। ਤੇਜਿੰਦਰ ਬਿੱਟੂ ਜਿਨ੍ਹਾਂ ਨੂੰ ਪੰਸਬ ਦਾ ਚੇਅਰਮੈਨ ਲਾਇਆ ਗਿਆ, ਇੰਨੀ ਭੀੜ ਮੌਕੇ 'ਤੇ ਜਮ੍ਹਾਂ ਹੋ ਗਈ। ਇੱਥੇ ਕੀ ਕੁਝ ਹੋਇਆ ਕਿਸੇ ਨੂੰ ਕੁਝ ਪਤਾ ਨਹੀਂ ਲੱਗਿਆ, ਪਰ ਇਹ ਤਸਵੀਰਾਂ ਹਰ ਕਿਸੇ ਨੂੰ ਹੈਰਾਨ ਕਰ ਦੇਣਗੀਆਂ ਕਿਉਂਕਿ ਇੱਕ ਮੁਲਾਜ਼ਮ ਤੁਸੀਂ ਦੇਖ ਸਕਦੇ ਹੋ ਇਸ ਸ਼ਖਸ ਨੂੰ ਕਿਵੇਂ ਘਬਰਾਹਟ ਪਈ ਹੋਈ ਹੈ। ASI ਸਾਹਿਬ ਜਲੰਧਰ ਦੇ ਡਿਪਟੀ ਮੇਅਰ ਦੇ ਗਨਮੈਨ ਨੇ ਅਤੇ ਸਰਕਟ ਹਾਊਸ ਦੇ ਵਿੱਚ ਡਿਊਟੀ ਕਰਨ ਪਹੁੰਚੇ ਸੀ। ਇਸ ਦੌਰਾਨ ਭੀੜ ਇੰਨੀ ਜ਼ਿਆਦਾ ਹੋ ਗਈ ਕਿ ਕਿਸੇ ਨੇ ਇਹਨਾਂ ਦਾ ਸਰਵਿਸ ਰਿਵਾਲਵਰ ਕੱਢ ਲਿਆ। ਫਿਰ ਕੀ ਸੀ, ਜਨਾਬ ਦੀ ਹਾਲਤ ਖਰਾਬ ਹੋਣੀ ਸ਼ੁਰੂ ਹੋ ਗਈ, ਘਬਰਾਹਟ ਪੈਣੀ ਸ਼ੁਰੂ ਹੋ ਗਈ, ਆਖਿਰਕਾਰ ਇਹਨਾਂ ਨੂੰ ਹਸਪਤਾਲ ਲਿਜਾਣਾ ਪਿਆ। ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਇੱਕ ਵੱਡੇ ਕਾਂਗਰਸੀ ਲੀਡਰ ਦਾ ਸਵਾਗਤ ਹੋ ਰਿਹਾ ਹੋਵੇ ਅਤੇ ਚੇਅਰਮੈਨ ਸਾਹਿਬ ਦੇ ਸਵਾਗਤ 'ਚ ਭਾਰੀ ਸੰਖਿਆ 'ਚ ਪੁਲਿਸ ਮੁਲਾਜ਼ਮ ਜਮ੍ਹਾਂ ਹੋਣ ਅਤੇ ਪੁਲਿਸ ਮੁਲਾਜ਼ਮਾਂ ਦੇ ਵਿੱਚੋਂ ਇੱਕ ਪੁਲਿਸ ਮੁਲਾਜ਼ਮ ਦਾ ਹੀ ਅਸਲਾ ਗਾਇਬ ਹੋ ਜਾਏ। ਇਹੋ ਜਿਹੇ ਹਾਲਾਤਾਂ 'ਚ ਤਾਂ ਘਬਰਾਹਟ ਹੋਣੀ ਜਾਇਜ਼ ਸੀ। ਬਿਊਰੋ ਰਿਪੋਰਟ, ਦੈਨਿਕ ਮੇਲ ਪੰਜਾਬੀ ਟੀਵੀ, ਜਲੰਧਰ।